ਸਸੀਕਾਲ ਜੀ ਪੰਜਾਬ ਬੋਲ ਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਅਮਨਦੀਪ ਸਿੰਘ ਸਵਾਗਤ ਕਰਦਾ ਦੋਸਤੋ ਲਗਾਤਾਰ ਇਸ ਪ੍ਰੋਗਰਾਮ ਦੇ ذریعے ਹਰ ਵਾਰ ਇੱਕ ਭੱਖ ਦਾ ਮਸਲਾ ਚੁੱਕਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਵੀ ਬੇਹਦ ਸੋਚਣ ਸਮਝਣ ਦੇ ਲਈ ਮਜਬੂਰ ਕਰਨ ਵਾਲਾ ਇੱਕ ਮੁੱਦਾ ਪੂਰੇ ਦੇਸ਼ ਦੇ ਵਿੱਚ ਪਖਿਆ ਹੋਇਆ ਹੈ ਹੈਦਰਾਬਾਦ ਦੇ ਵਿੱਚ ਇੱਕ ਵੈਟਰਨਰੀ ਡਾਕਟਰ ਦੇ ਨਾਲ ਜ਼ਬਰਜਨਾਹ ਹੁੰਦਾ ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਉਹ ਕੋਈ ਪਹਿਲਾ ਮਾਮਲਾ ਨਹੀਂ ਪਰ ਇਸ ਮਾਮਲੇ ਨੇ ਇੱਕ ਵਾਰ ਫੇਰ ਸਮਾਜ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਕਿ ਅੱਜ ਸੱਭਿਅਕ ਹੋਣ ਵਾਲਾ ਇਹ ਸਮਾਜ ਜਾਂ ਕਿੱਧਰ ਨੂੰ ਰਿਹਾ ਹੈ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਹੈਗੇ ਨੇ ਇਸੇ ਮੁੱਦੇ ਉੱਤੇ ਗੱਲਬਾਤ ਕਰਦੇ ਹਾਂ ਕਿ ਆਖਿਰ ਸੋਚ ਲੋਕਾਂ ਦੀ ਕਿੱਧਰ ਨੂੰ ਜਾ ਰਹੀ ਹੈ ਜਿਹੜੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਨੇ ਉਹ ਵਾਪਰ ਕਿਉਂ ਰਹੀਆਂ ਨੇ ਰੋਕਣ ਦੇ ਲਈ ਹੱਲ ਕੀ ਹੋ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ ਸ਼ਿਖਾ ਸਾਹਿਬ ਕੀ ਨਾਮ ਹੈ ਦਿਲਪ੍ਰੀਤ ਅੱਛਾ ਦਿਲਪ੍ਰਿਤ ਨੌਜਵਾਨ ਹੈਗੇ ਨੇ ਅ ਗੱਲਬਾਤ ਤੁਹਾਡੀ ਵੀ ਹਰ ਇੱਕ ਵਰਗ ਦੇ ਨਾਲ ਰਹਿੰਦੀ ਹੈਗੀ ਹੈ ਕਾਰਨ ਕੀ ਮੰਨਦੇ ਹੋ ਕਿ ਅਜਹੀਆਂ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ ਲੋਕਾਂ ਦੀ ਸੋਚ ਕਿਉਂ ਜਿਹੜੀ ਹੈਗੀ ਹੈ ਉਹ ਗੰਧਲੀ ਹੁੰਦੀ ਜਾ ਰਹੀ ਹੈ ਸੋ ਦੇਖੋ ਕੋਈ ਨਵੀਂ ਇਵੋਲੂਸ਼ਨ ਕਰਕੇ ਤਾਂ ਇਹ ਫਰਕ ਪੈ ਨਹੀਂ ਰਿਹਾ ਹੈ ਗੱਲ ਕਿ ਸਾਡੇ ਸੋਸਾਇਟੀ ਇਨਹੇਰੈਂਟਲੀ ਪੈਟਰੀਆਰਕਲ ਹੈ ਸੋ ਪਾਵਰ ਰਿਲੇਸ਼ਨ ਹੁੰਦੇ ਨੇ ਜੈਂਡਰ ਦੇ ਨਾਲ ਠੀਕ ਹੈ ਨਾ ਕਿ ਇੱਕ ਮੇਲ ਹੈ ਕੋਈ ਫੀਮੇਲ ਬਾਹਰ ਕੁਮਰੀ ਆ ਤਾਂ ਸਿਰਫ ਸਿਰਫ ਸੈਕਸ਼ੂਅਲ ਔਰੀਐਂਟੇਸ਼ਨ ਨਹੀਂ ਉਹਦੀ ਕੋਈ ਸੈਕਸ਼ੂਅਲ ਡਿਜ਼ਾਇਰ ਨਹੀਂ ਹੁੰਦੀ ਉਹ ਇੱਕ ਪਾਵਰ ਇਕੁਏਸ਼ਨ ਬਣ ਜਾਂਦੀ ਹੈ ਕਿ ਇਹਦੀ ਕਿਵੇਂ ਹਿੰਮਤ ਬਾਹਰ ਨਿਕਲਣ ਦੀ ਇੱਕ ਤਾਂ ਉਹ ਐਂਗਲ ਜੁੜਦਾ ਹੈ ਸੈਕਸ਼ੂਅਲ ਤਾਂ ਹਮੇਸ਼ਾ ਦੇਖੋ ਹੈ ਹੀ ਆ ਇੱਕ ਸਾਡਾ ਹਿਊਮਨ ਨੇਚਰ ਹੀ ਇਹ ਜਿਹਾ ਲਾਈਕ ਇਹ ਤਾਂ ਰੰਦੀ ਆ ਬਟ ਉਹੀ ਗੱਲ ਹੈ ਕਿ ਸਾਡੀ ਜਿਹੜੀ ਸੋਸਾਇਟੀ ਐਟ ਲਾਰਜ ਹੈ ਇਹਨਾਂ ਨੂੰ ਐਗਜ਼ੋਨਰੇਟ ਕਰ ਦਿੰਦੀ ਆ ਕਿ ਕੋਈ ਗੱਲ ਨਹੀਂ ਮੁੰਡੇ ਤਾਂ ਇਦਾਂ ਹੀ ਕਰਨਗੇ ਕੁੜੀਆਂ ਨੂੰ ਧਿਆਨ ਰੱਖਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਹੈ ਤੇ ਮੈਂ ਇੱਥੇ ਇੱਕ ਪੰਜਾਬ ਨਾਲ ਰਿਲੇਟਡ ਹੋਰ ਮੁੱਦਾ ਚੱਕਣਾ ਚਾਹਨਾ ਕਿ ਆਹ ਜਿਹੜੇ ਹਾਈ ਪ੍ਰੋਫਾਈਲ ਕੇਸ ਨੇ ਤਾਂ ਸਾਹਮਣੇ ਨਿਕਲ ਕੇ ਆ ਜਾਂਦੇ ਨੇ ਤੇ ਸਾਡੇ ਪਿੰਡਾਂ ਦੇ ਵਿੱਚ ਸਾਨੂੰ ਵੀ ਪਤਾ ਹੈ ਕਿ Dalit ਔਰਤਾਂ ਨੇ ਜਿਹੜੀਆਂ ਉਹਨਾਂ ਨਾਲ ਕਿੰਨਾ ਤੱਕਾ ਹੁੰਦਾ ਉਹਨਾਂ ਦਾ ਜਿਹੜੀ ਇਕਨੋਮਿਕ ਇੰਡੀਪੈਂਡੈਂਸ ਨਹੀਂ ਹੈਗੀ ਡਿਪੈਂਡੈਂਸ ਹੈ ਅਪਰ ਕਾਸਟ ਦੇ ਉੱਤੇ ਸਾਨੂੰ ਲੱਗਦਾ ਕਿ ਮੈਂ ਤੁਹਾਨੂੰ ਵੀ ਇਹ ਬੇਨਤੀ ਕਰੂੰਗਾ ਕਿ ਇਹ ਹਾਈ ਪ੍ਰੋਫਾਈਲ ਮੁੱਦੇ ਤਾਂ ਨੈਸ਼ਨਲ ਲੈਵਲ ਤੇ ਚੱਕੇ ਜਾ ਹੀ ਰਹੇ ਨੇ ਇਹ ਜਿਹੜੀਆਂ ਖਬਰਾਂ ਬਾਹਰ ਨਹੀਂ ਆ ਪੰਦੀਆਂ ਔਰਤਾਂ ਨੂੰ ਖੁਦ ਨਹੀਂ ਪਤਾ ਕਿ ਉਹਨਾਂ ਦੇ ਕਿਹੜੇ ਹੱਕ ਆ ਜਿਹੜੇ ਨੇ ਵਾਇਲਟ ਹੋ ਰਹੇ ਨੇ ਪਲੀਜ਼ ਉਹਨਾਂ ਨੂੰ ਵੀ ਅੱਗੇ ਲਿਆਤਾ ਜਾਵੇ ਤਾਂ ਕਿ ਇੱਕ ਪੂਰਾ ਨੈਸ਼ਨਲ ਲੈਵਲ ਤੇ ਇੱਕ ਡਿਸਕੋਰਸ ਬਣੇ ਇਸ ਚੀਜ਼ ਤੇ ਲੱਗਦਾ ਕਿ ਜਿਹੜੀਆਂ ਫਾਂਸੀ ਦੀ ਮੰਗ ਕੀਤੀ ਜਾ ਰਹੀ ਹੈ ਫਾਸਟ ਕੋਰਡ ਦੀ ਮੰਗ ਕੀਤੀ ਜਾ ਰਹੀ ਹੈ ਉਹ ਕਟਨਾਵਾ ਜਿਹੜੀਆਂ ਹੈਗੀਆਂ ਨੇ ਇਹਨਾਂ ਚੀਜ਼ਾਂ ਦੇ ਨਾਲ ਰੋਕੀਆਂ ਜਾ ਸਕਦੀਆਂ ਨੇ ਬਿਲਕੁਲ ਬਟ ਅਗੇਨ ਇੱਕ ਬਹੁਤ ਲਾਈਕ ਡਿਬੇਟੇਬਲ ਚੀਜ਼ ਆ ਸੀ ਇਸ ਤਰੀਕੇ ਨਾਲ ਇਹਨੂੰ ਰਿਡਿਊਸ ਨਹੀਂ ਕਰ ਸਕਦੇ ਕਿ ਕੀ ਫਾਂਸੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਪਰ ਇਹ ਜਿਸ ਤਰੀਕੇ ਦਾ ਲਾਈਕ ਮੈਂ ਇਸ ਚੀਜ਼ ਤੇ ਹਜੇ ਕਮੈਂਟ ਨਹੀਂ ਕਰ ਸਕਦਾ ਕਿ ਹੋਣੀ ਚਾਹੀਦੀ ਹੈ ਕਿ ਨਹੀਂ ਇੱਕ ਬਹੁਤ ਡਿਬੇਟੇਬਲ ਚੀਜ਼ ਹੈ ਸੌਰੀ ਕਾਰਨ ਕੀ ਮੰਨਦੇ ਹੋ ਕਿ ਕਿਉਂ ਅਜਹੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਇੱਕ ਮਰਦ ਤੇ ਔਰਤ ਬਨਾਮ ਕੋਈ ਜਿਹੜੀ ਘਟਨਾ ਹੈਗੀ ਹੈ ਜਾਂ ਫਿਰ ਇੱਕ ਮਾਨਸਿਕਤਾ ਦੀ ਗੱਲ ਹੈਗੀ ਹੈ ਸੀ ਸਾਰਾ ਕੁਝ ਹੁੰਦਾ ਹੈ ਪਰਸਨਲ ਡਿਜ਼ਾਇਰ ਵੀ ਇੱਕ ਬਹੁਤ ਵੱਡਾ ਇਸ਼ੂ ਹੈ ਦੈਨ ਸਾਡੀ ਸੋਸਾਇਟੀ ਕਿਹਜਾ ਕਲਚਰ ਪਰਪੈਚੂਏਟ ਕਰਦੀ ਹੈ ਇਹ ਬਹੁਤ ਵੱਡਾ ਇਸ਼ੂ ਹੁੰਦਾ ਹੈ ਇਹ ਇਕੱਲਾ ਇੱਕ ਇੱਕ ਬੰਦੇ ਦੀ ਸੋਚ ਨਾਲ ਨਹੀਂ ਇਹ ਹੁੰਦਾ ਹੈਗਾ ਜੇ ਅੱਜ ਤੱਕ ਮੰਨ ਲਓ ਘਰਾਂ ਦੇ ਵਿੱਚ ਇੱਕ ਔਰਤ ਨੂੰ ਬਰਾਬਰ ਸਮਝਿਆ ਜਾਵੇ ਬਰਾਬਰ ਦੇ ਹੱਕ ਦਿੱਤੇ ਜਾਣ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਬਾਹਰ ਜਾ ਕੇ ਜਿਹੜਾ ਇੱਕ ਮਰਦ ਹੈ ਕਿਸ ਔਰਤ ਨੂੰ ਦਬਾਉਣ ਦੀ ਕੋਸ਼ਿਸ਼ ਕਰੂਗਾ ਠੀਕ ਹੈ ਤਾਂ ਇਹ ਸਾਡੀ ਫੈਮਿਲੀ ਸਾਡੇ ਸਕੂਲਿੰਗ ਸਾਡੀ ਐਜੂਕੇਸ਼ਨ ਹਰੇਕ ਚੀਜ਼ ਦੇ ਵਿੱਚ ਇੰਗ੍ਰੇਂਡ ਕਰਨਾ ਹੈ ਸਿਰਫ ਸਾਨੂੰ ਇਹ ਕਾਰਨ ਲੱਭਣੇ ਚਾਹੀਦੇ ਨੇ ਇੱਕ ਮੈਨੀਫੈਸਟੇਸ਼ਨ ਹੈ ਇੱਕ ਸਿੰਪਟਮ ਹੈ ਇਹ ਕਾਰਨ ਕੁਝ ਹੋਰ ਨੇ ਸਾਨੂੰ ਉਹਦੇ ਤੇ ਫੋਕਸ ਕਰਨਾ ਚਾਹੀਦਾ ਹੈ ਰੈਦਰ ਥੈਨ ਕਿ ਕੁਝ ਕ ਬੰਦਿਆਂ ਨੂੰ ਫਾਂਸੀ ਦੇ ਕੇ ਇਹ ਚੀਜ਼ ਉੱਥੇ ਖਤਮ ਤੁਸੀਂ ਫਾਂਸੀ ਦੇ ਦੋਗੇ ਕੀ ਗਾਰੰਟੀ ਆ ਉੱਥੇ ਖਤਮ ਹੋ ਜਾਊਗੀ ਮੈਂ ਇਹ ਨਹੀਂ ਕਹਿ ਰਿਹਾ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਬਟ ਇਹ ਕੀ ਇਹ ਸੋਲੂਸ਼ਨ ਹੈ ਮੁੱਦਾ ਹੈ ਬਹੁਤ ਬਹੁਤ ਧੰਨਵਾਦ ਸਸੀਕਲ ਜੀ ਸਸੀਕਲ ਕੀ ਨਾਮ ਹੈ ਲਵਦੀਪ ਸਿੰਘ ਅੱਛਾ ਲਵਦੀਪ ਕੀ ਕਾਰਨ ਮੰਨਦੇ ਹੋ ਕਿ ਅਜਿਹੀਆਂ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ ਤੇ ਇਹਨਾਂ ਦੇ ਰੋਕਣ ਦੇ ਲਈ ਸਰਕਾਰ ਨੂੰ ਕਿਸ ਤਰ੍ਹਾਂ ਦੇ ਕਦਮ ਚੁੱਕਣ ਦੀ ਲੋੜ ਹੈ ਇਹ ਤਾਂ ਇੱਕ ਤਾਂ ਮਾਨਸਿਕਤਾ ਹੈ ਜੇ ਲੋਕਾਂ ਦੀ ਮਤਲਬ ਉਹਨੂੰ ਚੇਂਜ ਕਰਨਾ ਚਾਹੀਦਾ ਉਹਨਾਂ ਨੂੰ ਆਪਣੀ ਤੇ ਰੋਕਣ ਦੇ ਕਾਰਨੇ ਹੀ ਆ ਜੀ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਗਵਰਨਮੈਂਟ ਨੂੰ ਇਹਨਾਂ ਦੀ ਚੀਜ਼ਾਂ ਦੇ ਖਿਲਾਫ ਤਾਂ ਹੀ ਇਹ ਮਤਲਬ ਘਟਨਾਵਾਂ ਰੁਕ ਸਕਦੀਆਂ ਜੀ ਅੱਛਾ ਕੀ ਮੰਨਦੇ ਹੋ ਕਿ ਇਹਨਾਂ ਪਿੱਛੇ ਜਿਹੜੀ ਹੈਗੀ ਹੈ ਦੇਸ਼ ਦੀ ਸੁਰੱਖਿਆ ਵਿਵਸਥਾ ਪ੍ਰਣਾਲੀ ਹੈਗੀ ਉਹ ਦੁਰਸਤ ਹੈਗੀ ਹੈ ਜੀਆਂ ਘਟਨਾ ਨੂੰ ਰੋਕਣ ਦੇ ਲਈ ਇਹ ਤਾਂ ਨਹੀਂ ਆਪਾਂ ਕਹਿ ਸਕਦੇ ਜੋ ਤਾਂ ਸਭ ਕੁਝ ਸਹੀ ਚੱਲ ਰਿਹਾ ਜੀ ਲੇਕਿਨ ਇਹ ਤਾਂ ਮਾਨਸਿਕਤਾ ਜੀ ਆਪਣੇ ਲੋਕਾਂ ਦੀ ਜਿਹੜੀ ਕਿ ਮਤਲਬ ਉਹ درست ਹੋਣੀ ਚਾਹੀਦੀ ਹੈ ਬਾਕੀ ਸਭ ਕੁਝ ਆਪਣਾ ਸਹੀ ਚੱਲ ਰਿਹਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਵਿਸ਼ਵਜੀਤ ਸਿੰਘ ਜੀ ਅੱਛਾ ਵਿਸ਼ਵਜੀਤ ਤੁਹਾਨੂੰ ਲੱਗਦਾ ਹੈ ਕਿ ਔਰਤਾਂ ਨੂੰ ਬਰਾਬਰੀ ਦੇ ਹੱਕ ਦਿੱਤੇ ਹੋਏ ਨੇ ਮਰਦ ਪ੍ਰਧਾਨ ਦੇਸ਼ ਹੈਗਾ ਕਿ ਬਰਾਬਰੀ ਦੇ ਹੱਕ ਹੈਗੇ ਨੇ ਨਹੀਂ ਕਿਤੇ ਨਾ ਕਿਤੇ ਜਿਵੇਂ ਆਪਾਂ ਸਾਰੇ ਜ਼ਿੰਦਗੀ ਜਿਉ ਰਹੇ ਆ ਆਪਾਂ ਨੂੰ ਦੇਖ ਰਹੇ ਆ ਵੀ ਕਿਤੇ ਨਾ ਕਿਤੇ ਮਰਦ ਪ੍ਰਧਾਨ ਕੀ ਦੇਸ਼ ਹੈ ਇਹ ਆਪਣਾ ਦੇਸ਼ ਮਰਦ ਪ੍ਰਧਾਨ ਹੈ ਪਰ ਕੁੜੀਆਂ ਨੂੰ ਹੱਕ ਉਹਨੇ ਨਹੀਂ ਦਿੱਤੇ ਕਿ ਜਿਨੇ ਉਹਨਾਂ ਨੂੰ ਲੋੜ ਇਹ ਕਿੱਟਨਾਮ ਨੂੰ ਕਿਵੇਂ ਰੋਕੇ ਜਾ ਸਕਦਾ ਇਹ ਹਫ਼ਤੇ ਸਰ ਪਹਿਲਾਂ ਤਾਂ ਸਰਕਾਰ ਨੂੰ ਚੰਗੇ ਰੂਲ ਬਣਾਉਣੇ ਚਾਹੀਦੇ ਆ ਕੋਈ ਵੀ ਕੋਈ ਵੀ ਤਰ੍ਹਾਂ ਦੀ ਉਹਨੂੰ ਸਜ਼ਾ ਦੇਣੀ ਚਾਹੀਦੀ ਆ ਬਾਕੀ ਸਾਰਿਆਂ ਨੂੰ ਆਪਣੀ ਐਜੂਕੇਸ਼ਨ ਨੂੰ ਚੰਗੀ ਦਿੱਤੀ ਨੂੰ ਚੰਗੀ ਐਜੂਕੇਸ਼ਨ ਇੱਕ ਬੰਦੇ ਨੂੰ ਚੰਗੀ ਸੋਚ ਤੱਕ ਲੈ ਕੇ ਜਾਂਦੀ ਹੈ ਬਸ ਆਹੀ ਕਹਿਣਾ ਚਾਹਾਂਗਾ ਮੈਂ ਤਾਂ ਜੀ ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਕਰਨ ਦੇ ਲਈ ਸੋ ਨੌਜਵਾਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਅਜਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਮਾਨਸਿਕਤਾ ਬਦਲਣ ਦੀ ਲੋੜ ਹੈ ਜੇਕਰ ਮਾਨਸਿਕਤਾ ਬਦਲੇਗੀ ਤਾਂ ਹੀ ਅਜਹੀਆਂ ਘਟਨਾਵਾਂ ਹੈਗੀਆਂ ਜਿਹੜੀਆਂ ਉਹ ਰੋਕੀਆਂ ਜਾ ਸਕਦੀਆਂ ਨੇ ਸੋ ਕੁਝ ਹੋਰ ਲੋਕਾਂ ਦੇ ਨਾਲ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਖਾਸ ਕਰਕੇ ਲੜਕੀਆਂ ਦੇ ਨਾਲ ਵੀ ਕੋਸ਼ਿਸ਼ ਕਰਾਂਗੇ ਕਿ ਲੜਕੀਆਂ ਇਸ ਬਾਰੇ ਕੀ ਸੋਚਦੀਆਂ ਨੇ ਸੋ ਇਥੇ ब्रेक ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਕਿਉਂ ਦੇਸ਼ ਦੇ ਵਿੱਚ ਲੋਕਾਂ ਦੀ ਜਿਹੜੀ ਹੈਗੀ ਹੈ ਮਾਨਸਿਕਤਾ ਬਦਲ ਰਹੀ ਹੈ ਜਬਰ ਜਨਾਹ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹਾਲਾਂਕਿ ਸਰਕਾਰ ਦੇ ਦਾਅਵੇ ਹੈਗੇ ਨੇ ਕਿ ਜਿਹੜੀਆਂ ਔਰਤਾਂ ਹੈਗੀਆਂ ਨੇ ਲੜਕੀਆਂ ਹੈਗੀਆਂ ਨੇ ਉਹਨਾਂ ਨੂੰ ਜਿਹੜੇ ਅਧਿਕਾਰ ਨੇ ਵਧ ਦਿੱਤੇ ਜਾ ਰਹੇ ਨੇ ਸੁਰੱਖਿਆ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਅੱਜ ਦੇਸ਼ ਦੇ ਵਿੱਚ ਲੜਕੀਆਂ ਸੁਰੱਖਿਤ ਕਿੰਨੀਆਂ ਹੈਗੀਆਂ ਨੇ ਅਜਹੀਆਂ ਘਟਨਾਵਾਂ ਆਪੇ ਦੱਸ ਦਿੰਦੀਆਂ ਨੇ ਕੁਝ ਹੋਰ ਜਿਹੜੀਆਂ ਨੌਜਵਾਨ ਲੜਕੀਆਂ ਸਾਡੇ ਨਾਲ ਹੈਗੀਆਂ ਨੇ ਉਹ ਤਾਂ ਜਾਣਦੇ ਆ ਕਿ ਅੱਜ ਦੇਸ਼ ਦੇ ਵਿੱਚ ਸੁਰੱਖਿਤ ਕਿੰਨਾ ਮਹਿਸੂਸ ਕਰ ਰਹੀਆਂ ਨੇ ਆਪਣੇ ਆਪ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਮੀਰਾ ਅੱਛਾ ਸਮੀਰਾ ਹੁਣੇ ਹੁਣੇ ਇੱਕ ਹైదరాబాద్ ਦੇ ਵਿੱਚ ਵੈਟਰਨਰੀ ਡਾਕਟਰ ਦੇ ਨਾਲ ਗੈਂਗਰੇਪ ਹੁੰਦਾ ਉਸ ਦੀ ਹਤਿਆ ਕਰ ਦਿੱਤੀ ਜਾਂਦੀ ਹੈ ਇਸ ਤੋਂ ਪਹਿਲਾਂ ਕਟੂਆ ਦਾ ਕਾਂਡ ਹੁੰਦਾ ਹੈ ਨਿਰਭਇਆ ਕਾਂਡ ਹੁੰਦਾ ਹੈ ਤਰਨ ਤਰਨ ਦੇ ਵਿੱਚ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਮਾਨਸਿਕਤਾ ਦਾ ਕਾਰਨ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈਗੇ ਨੇ ਨਹੀਂ ਮਾਨਸਿਕਤਾ ਦਾ ਕਾਰਨ ਹੈ ਮੈਂਟੈਲਿਟੀ ਦਾ ਲੈਕ ਆਫ এডੂਕੇਸ਼ਨ ਵੈਲਿਊ ਸਿਸਟਮਸ ਐਥਿਕਸ ਦਾ ਦਾ ਸਵਾਲ ਹੈ और एक बहुत ही ऑर्गेनिक लेवल पे ज़रूरत है मेंटालिटी चेंज करने की एजुकेशन देने की घर में वैल्यू सिस्टम्स ये सही किस्म से लोगों के अंदर आदमियों के अंदर इंस्टिल करने की रिस्पेक्ट फॉर वीमेन के जो औरत है वो डिस्पोजेबल चीज़ नहीं है इज़ एज ह्यूमन एज अ मैन औरत और आदमी में सिर्फ जेंडर नहीं है सो एंड आई थिंक रेप मोर देन एनी थिंग एल्स एक एक रेप इज अबाउट पावर इट इज़ नॉट अबाउट सेक्स इट इज़ नॉट अबाउट जेंडर ये एक औरत के ऊपर एक पावर दिखाने का तरीका है और ये पावर का सवाल इसलिए उठता है क्योंकि आदमियों इंडियन आदमियों की बहुत जगह यहाँ मेन्टेलिटी ये, ये है कि औरत आदमी से कम है ਜਿਸ ਕੋ ਆਪ ਆਪਣੇ ਸਵੀਕ ਸਮਝਤੇ ਹਨ ਉਸੀ ਪੇ ਆਪ ਆਪਣੀ ਪਾਵਰ ਦਿਖਾਣੇ ਦੀ ਕੋਸ਼ਿਸ਼ ਕਰਤੇ ਹਨ ਅਚਾ ਫਾਂਸੀ ਦੀ ਮੰਗ ਕੀਤੀ ਜਾ ਰਹੀ ਹੈ ਫਾਸਟ ਟਰੈਕ ਕੋਰਟ ਦੇ ਰਾਹੀਂ ਅਜਿਹੇ ਮਸਲੇ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਜ਼ਬਰਜਨਾਹ ਦੇ ਮਾਮਲਿਆਂ ਦੇ ਵਿੱਚ ਸ਼ਕਤੀ ਦੀ ਮੰਗ ਕੀਤੀ ਜਾ ਰਹੀ ਹੈ ਲੱਗਦਾ ਹੈ ਕਿ ਇਹ ਨਾਲ ਸਾਰੀਆਂ ਮੰਗਾਂ ਦੇ ਨਾਲ ਜ਼ਬਰਜਨਾਹ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕ ਜਾਣਗੀਆਂ ਇੱਕ ਦੋ ਤਰੀਕੇ ਕਿ ਇੱਕ ਕਿਊਰੇਟਿਵ ਹੁੰਦੀ ਹੈ ਇੱਕ ਪ੍ਰੀਵੈਂਟਿਵ ਕਿਸਮ ਕੇ ਸੋਲਿਊਸ਼ਨਸ ਹੁੰਦੇ ਹਨ मेरे को नहीं लगता फांसी ना कि ना तो क्यूरेटिव है ना प्रिवेंटिव है पास्ट में बहुत सारे ऐसे नेशनल आउटरीच लेवल के रेप्स हुए हैं सेक्सुअल अब्यूज़ सॉल्ट इंसिडेंट्स हुए हैं जहाँ पे आ, लाइफ आ, सेंटेंस मिला है डेथ पेनल्टी मिली है लेकिन उससे रेप्स की कोई रेट मेरे ख्याल में जहाँ स्टैटिस्टिक स्टैटिस्टिक्स का मुझे आइडिया है रेप्स के आ, रेशियो में प्रपोर्शन में कोई फ़र्क नहीं पड़ा देर हैजेंट बिन अ डिप ड्रास्टिकली ਤੋ ਡੈਥ ਪੈਨਲਟੀ ਕਾ ਮੈਨੂੰ ਨਹੀਂ ਲੱਗਤਾ ਰੇਪ ਕੇ ਕਮ ਹੋਣੇ ਸੇ ਕੋਈ ਰਿਲੇਸ਼ਨਸ਼ਿਪ ਹੈ ਸੋਲੂਸ਼ਨ ਹੈ ਪ੍ਰੀਵੈਂਟਿਵ এডੂਕੇਸ਼ਨ ਲੈਵਲ ਪੇ ਅੱਛਾ ਜਦੋਂ ਤੁਸੀਂ ਘਰ ਤੋਂ ਤੁਸੀਂ ਖੁਦ ਜਦੋਂ ਘਰ ਤੋਂ ਬਾਹਰ ਜਾਂਦੇ ਹੈਗੇ ਆ ਚਾਹੇ ਸਿੱਖਿਆ ਦੇ ਲਈ ਹੋਵੇ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਘਰ ਤੋਂ ਬਾਹਰ ਜਾਣਾ ਹੁੰਦਾ ਕਦੀ ਡਰਤਾ ਨਹੀਂ ਲੱਗਦਾ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਇੱਕ ਦੇ ਨਾਲ ਹੋ ਰਿਹਾ ਕਿਤੇ ਮੇਰੇ ਨਾਲ ਨਾ ਹੋ ਜੇ ਆਫ ਕੋਰਸ ਲੱਗਤਾ ਹੈ ऑफकोर्स लगता है लेकिन आप कोशिश करते हैं एज एन एजुकेटेड वुमन कि आपको अपॉर्चुनिटीज मिलें आप अपने आप को इतना एम्पावर कर सकें कि आप जब घर से निकलें तो आपके पास इतना रिसोर्स हो कि आपको किसी से डरने की जरूरत ना पड़े लेकिन फिर भी आप कितने भी एम्पावर्ड हों कितना भी कमाते हों कितनी भी अच्छी पोजिशन पर काम करते हो रात के नौ दस बजे के बाद आप घर से निकलने में दो बार सोचते हैं आप अपनी सेफ्टी के बारे में परेशान होते हैं एंड आई डोंट थिंक दैट्स फेयर अच्छा मीरा एक सवाल ये भी है कि ਜਿੱਥੇ ਦੇਸ਼ ਭਰ ਦੇ ਵਿੱਚ ਲਗਾਤਾਰ ਜਿਹਾ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਮੰਗ ਉੱਠਦੀ ਹੈ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਹੁੰਦੇ ਨੇ ਹੁਣ ਲੱਗਦਾ ਹੈ ਕਿ ਜਿਹੜੀਆਂ ਲੜਕੀਆਂ ਹੈਗੀਆਂ ਨੇ ਜਾਂ ਔਰਤਾਂ ਹੈਗੀਆਂ ਨੇ ਖੁਦ ਆਪਣੇ ਹੱਕਾਂ ਦੇ ਲਈ ਜਾਗਰੂਕ ਹੈਗੀਆਂ ਨੇ ਆਪਣੇ ਹੱਕ ਜਿਹੜੇ ਬੁਲੰਦ ਕਰ ਰਹੀਆਂ ਨੇ ਮੰਗਾਂ ਆਪਣੀਆਂ ਮੰਗ ਜਿਹੜੀਆਂ ਦੇਸ਼ ਦੇ ਵਿੱਚ ਰੱਖੀਆਂ ਜਾ ਰਹੀਆਂ ਨੇ ਔਰਤਾਂ ਦੇ ਵੱਲੋਂ ਹੁਣ ਲੱਗਦਾ ਹੈ ਕਿ ਇੱਕ ਜੁਟਤਾ ਹੈਗੀ ਔਰਤਾਂ ਦੇ ਵਿੱਚ ਔਰਤوں میں ਇਕਜੁੱਟਤਾ ਕੀ ਹੈ ਰੇਪ ਇਜ਼ ਨਾਟ ਅ ਵਿਮਨਸ ਇਸ਼ੂ ਰੇਪ ਇਜ਼ ਅ ਸੋਸਾਇਟੀਜ਼ ਇਸ਼ੂ रेप सोसाइटी की प्रॉब्लम है औरत की प्रॉब्लम नहीं है तो औरत में एकजुटता की जरूरत नहीं है सोसाइटी में एकजुटता की जरूरत है आदमी कहां होते हैं सारा साल अपने हक का दीली गल कर रहे हैं कि क्योंकि जब भी किते मांग उठती है तो कितना-किते औरत औरत के हक का विरोध कर दी है कि कितना-किते आपको आपको लगता है कि एक जुटता होनी चाहिए सिर्फ औरत में एकजुटता क्यों होनी चाहिए दैट्स व्हाट आई एम सेइंग रेप औरत का प्रॉब्लम नहीं है वो आदमी का भी उतना ही प्रॉब्लम है क्योंकि हम सब समाज में रहते हैं समाज सिर्फ औरत से नहीं बनता है आदमी औरत बच्चे वो हर इंसान का प्रॉब्लम है तो अगर सोसाइटी में दैट्स वाट आई एम सेइंग रेप इज नॉट अबाउट सेक्स रेप इज अबाउट पावर अगर किसी कम्युनिटी को एक सोसाइटी के एक हिस्से को ऐसे लगता है कि वो दूसरे सोसाइटी के दूसरे हिस्से को ऐसे ट्रीट कर सकता है देर इज़ अ प्रॉब्लम रेप सबका प्रॉब्लम है औरत का नहीं प्रॉब्लम बहुत बहुत धन्यवाद सर ना गलबात करने के लिए सत सत्या जी सत सत्या की नाम है पूनम अच्छा पूनम ਤੁਹਾਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਾਲਾਤ ਹੈਗੇ ਨੇ ਹైదరాబాద్ ਦੇ ਵਿੱਚ ਕਟਨਾ ਵਾਪਰੀ ਹੈ ਡਾਕਟਰ ਦੇ ਨਾਲ ਜਿਹੜਾ ਹੈਗਾ ਹੈ ਰੇਪ ਹੋਇਆ ਉਸ ਤੋਂ ਬਾਅਦ ਹੱਤਿਆ ਹੋਈ ਕਟੂਆ ਦੇ ਵਿੱਚ ਜਿਹੜਾ ਛੋਟ ਛੋਟੀਆਂ ਬੱਚੀਆਂ ਨੂੰ ਵੀ ਹਫਜ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਕੀ ਕਾਰਨ ਮੰਨਦੇ ਹੋ ਇਸ ਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਬੇਸਿਕ ਨੋਲੇਜ ਲੋਕ ਅਵੇਅਰ ਨਹੀਂ ਹੈ ਜੋ ਬੇਸਿਕ ਨੋਲੇਜ ਬਾਹਰ पहले पेरेंट्स घर पे देते हैं बॉयज़ को कि तुम 10 बजे के बाद घर से बाहर जा सकते हो तुम कभी भी आ सकते हो वो बेसिक नॉलेज बॉयज़ को भी देने की ज़रूरत है तुम्हारा भी एक टाइम होना चाहिए वुमेन की रिस्पेक्ट वो किस नज़र से लड़की को देखते हैं ये बहुत नॉर्मल समझा जाता है किसी भी लड़की को अप्रोच करने से पहले कि हाँ ठीक है इट्स इत, ओके अगर किसी को देख रहे किसी को स्टेयर करे इट्स ओके वो मेंटली इतनी हरास होती है अगर कोई भी उसको किस नज़र से देख रहा हो वो मैंटली कितना हरास होती है तो बेसिक नॉलेज की बहुत ज़रूरत है इक्वालिटी की बहुत ज़रूरत है કુડિયાં ਨੂੰ ਔਰਤਾਂ ਨੂੰ ਦੇਸ਼ ਦੇ ਵਿੱਚ ਬਰਾਬਰੀ ਦੇ ਅਧਿਕਾਰ ਦਿੱਤੇ ਹੈਗੇ ਨੇ ਤੁਹਾਨੂੰ ਲੱਗਦਾ ਹੈ ਤੁਹਾਨੂੰ ਬਰਾਬਰ ਤੁਸੀਂ ਹੈਗੇ ਨੇ ਸਾਰੇ ਸਮਾਜ ਦੇ ਵਿੱਚ ਨੋਟ ਐਟ 올 ਕਿਉਂ ਕਿਉਂ ਨਹੀਂ ਲੱਗ ਰਿਹਾ ਘਰ ਸੇ ਉਹ ਘਰ ਸੇ ਬੇਸਿਕ ਨੋਲੇਜ ਨਹੀਂ ਮਿਲੀ ਹੈ ਪੈਟਰੀਆਰਕੀ ਇਤਨੀ ਸਟਰੋਂਗ ਹੈ ਯਹਾਂ ਪੇ men ਕੋ ਇਤਨਾ ਪਾਵਰਫੁਲ ਸਮਝਿਆ ਜਾਤਾ ਹੈ ਤਾਂ ਕਹੀਂ ਨਾ ਕਹੀਂ ਉਹ ਅਭੀ ਸੇ ਨਹੀਂ ਉਹ ਐਂਸ਼ੀਅਨ ਟਾਈਮ ਸੇ ਚਲਾ ਆ ਰਹਾ ਹੈ ਅਰਲੀ ਵੈਦਿਕ ਯੇਜ ਮੇ ਇਤਨਾ ਸਭ ਕੁਝ ਨਹੀਂ ਥਾ ਪਰ ਲੇਟਰ ਵੈਦਿਕ ਯੇਜ ਕੇ ਬਾਦ ਆਪ ਹਿਸਟਰੀ ਦੇਖੋਗੇ ਜਾ ਕੇ ਤਾਂ ਇਤਨਾ ਪਾਵਰ ਗਰਲਸ ਨੂੰ ਨਹੀਂ دی گئی ਹੈ ਕਿਉਂਕਿ ਪੈਟਰੀਆਰਕੀ ਬਹੁਤ ਸਟਰੋਂਗ ਹੈ यहां पे मेन को, ए, ए, को बहुत स्ट्रॉन्ग समझा जाता है वुमेन के अकॉर्डिंग अच्छा ਕੀ ਸਮਝ ਰਹੇ ਹੋ ਕਿ ਅਜਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਕਿਸ ਤਰੀਕੇ ਦੇ ਨਾਲ ਕਾਨੂੰਨ ਦੇ ਵਿੱਚ ਸ਼ਕਤੀ ਹੋਣੀ ਚਾਹੀਦੀ ਹੈ ਕੀ ਕੁਝ ਕਰਨਾ ਚਾਹੀਦਾ ਹੈ ਸਰਕਾਰ ਨੂੰ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਤੁਹਾਡੇ ਮੁਤਾਬਿਕ ਸਰਕਾਰ ਕੋ ਤਾਂ ਬਹੁਤ ਕੁਝ ਕਰਨਾ ਚਾਹੀਏ ਪਰ ਉਸੇ ਅਬਨਿਰਭਯ ਕੇਸ ਕੇ ਬਾਅਦ ਆਪ ਦੇਖੋਗੇ ਰੇਸ਼ੋ ਜ਼ਿਆਦਾ ਬੜਾ ਹੀ ਹੈ ਕੇਸਿਸ ਰਿਪ ਜ਼ਿਆਦਾ ਹੀ ਹੋਏ ਹਨ 5 ਸਾਲ ਦੀ ਲੜਕੀ ਹੋ ਜਾਂ ਫਿਰ 50 ਸਾਲ ਦੀ ਲੜਕੀ ਹੋ आप कश्मीर में देख लो पंजाब में देख लो अभी आप साउथ में देख लो तो ओबियसली सर गवर्नमेंट को बहुत कुछ करना चाहिए वो तो आई डोंट कमेंट अब गवर्नमेंट क्या करती है अब गवर्नमेंट अगर उसके बाद कुछ करती भी है उसके बाद भी रेप रुकते या नहीं रुकते वो तो अब इट टेक टाइम ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਲਗਾਤਾਰ ਜਿਹੜਾ ਲੜਕੀਆਂ ਦੇ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤਨਾ ਕਿਤੇ ਸਵਾਲ ਉੱਠ ਰਹੇ ਨੇ ਕਿ ਦੇਸ਼ ਦੇ ਵਿੱਚ ਜਿਹੜੀ ਸੋਚ ਹੈਗੀ ਹੈ ਉਹ ਕਿਤਨਾ ਕਿਤੇ ਇੱਕ ਪਾਸੜ ਹੈਗੀ ਹੈ ਮਰਦਾਂ ਦੇ ਵੱਲੋਂ ਆਪਣਾ ਜ਼ੋਰ ਦਿਖਾਉਣ ਦੇ ਲਈ ਅਜਿਹੀਆਂ ਘਟਨਾਵਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਲੜਕੀਆਂ ਦੀ ਮੰਗ ਹੈਗੀ ਹੈ ਕਿ ਅਜਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਕਿਤੇ ਨਾ ਕਿਤੇ ਸਰਕਾਰ ਨੂੰ ਜਿਹੜਾ ਹੈਗਾ ਏ ਉਹ ਹੰਬੜਾ ਮਾਰਨ ਦੀ ਜ਼ਰੂਰਤ ਹੈ ਜਿਹੜੇ ਕਾਨੂੰਨ ਵਿਵਸਥਾ ਹੈਗੀ ਹੈ ਉਹ ਸਖਤ ਕਰਨ ਦੀ ਲੋੜ ਹੈ ਤਾਂ ਹੀ ਅਜਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਪਰ ਇੱਕ ਵਾਰ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਗੱਲਬਾਤ ਕਰ ਰਹੇ ਹਾਂ ਕਿ ਆਖਿਰਕਾਰ ਦੇਸ਼ ਦੇ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਨੂੰ ਜਿਸ ਨੇ ਸਾਨੂੰ ਸੋਚਣ ਸਮਝਣ ਦੇ ਲਈ ਮਜਬੂਰ ਕਰ ਦਿੱਤਾ ਹੈ ਆਖਿਰ ਹੋ ਕੀ ਰਿਹਾ ਹੈ ਅਸੀਂ ਪੜ੍ਹ ਲਿਖ ਕੇ ਇੱਕ ਸੱਭਿਆਚਾਰ ਸਮਾਜ ਦੇ ਵਿੱਚ ਵਿਚਰ ਰਹੇ ਹਾਂ ਉਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਜੋ ਸਾਨੂੰ ਹੀ ਨਹੀਂ ਬਲਕਿ ਪੂਰੇ ਸਮਾਜ ਨੂੰ ਜਿਹੜੀਆਂ ਹੈ ਉਹ ਸ਼ਰਮਸਾਰ ਕਰ ਰਹੀਆਂ ਨੇ ਨੌਜਵਾਨ ਸਾਡੇ ਨਾਲ ਹੈਗੇ ਨੇ ਅਸੀਂ ਵਕਫ ਵਕਫ ਲੜਕੀਆਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਪ੍ਰਿਆ ਅੱਛਾ ਪ੍ਰਿਆ ਦੇਸ਼ ਦੇ ਵਿੱਚ ਤੁਹਾਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਉਹ ਸਥਿਤੀ ਬਣੀ ਹੋਈ ਹੈ ਹੈਦਰਾਬਾਦ ਦੇ ਵਿੱਚ ਇੱਕ ਵਾਰ ਫੇਰ ਜਿਹੜੀ ਵੈਟਰਨਰੀ ਡਾਕਟਰ ਦੇ ਨਾਲ ਗੈਂਗਰੇਪ ਹੁੰਦਾ ਉਸ ਤੋਂ ਬਾਅਦ ਉਸ ਦੀ ਹੱਤਿਆ ਹੋ ਜਾਂਦੀ ਉਸ ਤੋਂ ਪਹਿਲਾਂ ਕਟੂਆ ਕਾਂਡ ਸਾਡੇ ਮੂਰੇ ਹੈਗਾ ਹੈ ਨਿਰਪਇਆ ਕਾਂਡ ਹੈਗਾ ਉਸ ਤੋਂ ਵੱਖੋ ਵੱਖ ਕਾਂਡ ਹੈਗੇ ਨੇ ਤੁਹਾਨੂੰ ਕੀ ਲੱਗ ਰਿਹਾ ਕਿ ਅਜਿਹੀਆਂ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ ਬਿਲਕੁਲ ਮਤਲਬ ਜਦੋਂ ਵੀ ਕੋਈ ਰੇਪ ਵਰਗਾ ਕੋਈ ਕਾਨੂੰਨਾ ਕੇਸ ਹੁੰਦਾ ਤਾਂ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਰੈਲੀਆਂ ਨਿਕਲਦੀਆਂ ਨੇ ਜਿੱਥੇ ਮਤਲਬ ਜੇ ਨਾ ਰੇਪ ਕੀਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਸਟ੍ਰਿਕਟ ਤੋਂ ਸਟ੍ਰਿਕਟ ਲਾਜ਼ ਬਣਾਉਂਦੀਆਂ ਗੱਲਾਂ ਹੁੰਦੀਆਂ ਨੇ ਪਰ ਜਦੋਂ ਆਪਾਂ ਇਦਾਂ ਦੀ ਬਹੁਤ ਸਾਰੀਆਂ ਡਿਸਕਸ਼ਨ ਕਰਦੇ ਆ ਤਾਂ ਆਪ ਇੱਕ ਬਹੁਤ ਇੰਪੋਰਟੈਂਟ ਚੀਜ਼ ਮਿਸ ਕਰ ਦਿੰਦੇ ਆ ਕਿ ਰੇਪ ਦਾ ਕਾਰਨ ਕੀ ਆ ਮਤਲਬ ਇਹ ਜੇ ਰੇਪ ਵਰਗੀ ਜਿਹੜੀ ਕਾਨੂੰਨੀ ਚੀਜ਼ ਆ ਉਹ ਇੱਕ ਬਹੁਤ ਘਟੀਆ ਮਾਨਸਿਕਤਾ ਚ ਨਿਕਲਦੇ ਜਿਹਦੇ ਵਿੱਚ ਕੁੜੀਆਂ ਨੂੰ ਇੱਕ ਵਸਤੂ ਵਸਤੂ ਸਮਝਿਆ ਜਾਂਦਾ ਮਤਲਬ ਕਿ ਕੁੜੀਆਂ ਦੀ ਜਿਹੜੀ ਆਇਡੈਂਟੀਟੀ ਆ ਉਹਦੀ ਜਿੰਨੇ ਲੈਕਚਰ ਗਾਣੇ ਆ ਰਹੇ ਨੇ ਉਹ ਸਾਰੇ ਆਪਾਂ ਦੇਖ ਸਕਦੇ ਹਾਂ ਸਾਰੇ ਹੀ ਦੇ ਸਾਰੇ ਹੀ ਐਂਟੀ ਵਮਨ ਨੇ ਜਿਨੇ ਰੂਲਸ ਪਾਸ ਹੋ ਰਹੇ ਨੇ ਕੁੜੀਆਂ ਨੂੰ ਜੀਐਨਯੂ ਦੇ ਵਿੱਚ ਮੋਰਲ ਪਾਲਿਸੀਿੰਗ ਕੀਤੀ ਜਾਂਦੀ ਹੈ ਕਿ ਕੁੜੀਆਂ ਨੂੰ ਐਦਾਂ ਦੇ ਕੱਪੜੇ ਪਾਉਣੇ ਚਾਹੀਦੇ ਨੇ ਐਦਾਂ ਬਿਹੇਵ ਕੀਤਾ ਜਾਣਾ ਚਾਹੀਦਾ ਤਾਂ ਮਤਲਬ ਜਿੰਨੀਆਂ ਗਾਲਾਂ ਨਿਕਲਦੀਆਂ ਨੇ ਉਹ ਸਾਰੀਆਂ ਐਂਟੀ ਵਿਮਨ ਹੁੰਦੀਆਂ ਨੇ ਤਾਂ ਜਿਹੜੇ ਛੋਟੇ ਛੋਟੇ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਆਪਾਂ ਨੂੰ ਪਤਾ ਨਹੀਂ ਚਲਦੀਆਂ ਪਰ ਜੋ ਬਾਅਦ 'ਚ ਜਾ ਕੇ ਉਹ ਰੇਪ ਦਾ ਇੱਕ ਰੂਪ ਲੈਂਦੀਆਂ ਨੇ ਤਾਂ ਆਪਾਂ ਨੂੰ ਇੱਕ ਬਹੁਤ ਵੱਡੀ ਗੱਲ ਲੱਗਣ ਲੱਗ ਜਾਂਦੀ ਆ ਤਾਂ ਜੇ ਆਪਾਂ ਕਹਿੰਦੇ ਆ ਕਿ ਇੱਕ ਰੂਲ ਹੈ ਜਿਹੜੇ ਆਪਾਂ ਉਸ ਸਟ੍ਰਿਕਟ ਬਣਾ ਦਈਏ ਪਰ ਉਹ ਰੂਲ ਤੁਸੀਂ ਲਾਉਣੇ ਕਿਤੇ ਨੇ ਜਦੋਂ ਆਪਣੀ ਜਿਹੜੀ ਇੱਕ ਇਹੋ ਜੀ ਸਰ ਬਣਾ ਚੋ ਕੱਢ ਕੱਢ ਕੇ ਉਹਨਾਂ ਦਾ ਰੇਪ ਕਰਨਾ ਚਾਹੁੰਦਾ ਜਦੋਂ ਇੱਥੇ ਕਟੂਆ ਰੇਪ ਕੇਸ ਹੁੰਦਾ ਤਾਂ ਤਰੰਗਾ ਯਾਤਰਾਵਾਂ ਕੱਡੀਆਂ ਜਾਂਦੀਆਂ ਨਹੀਂ ਮਤਲਬ ਐ ਏਦਾਂ ਕਿਹਾ ਜਾਂਦਾ ਕਿ ਕੁੜੀਆਂ ਮੁੰਡਿਆਂ ਨੂੰ ਅਟਰੈਕਟ ਕਰਦੀਆਂ ਨੇ ਰੇਪ ਕਰਨ ਲਈ ਤੇ ਜਦੋਂ ਏਦਾਂ ਦੀਆਂ ਸਟੇਟਮੈਂਟਸ ਆਪਣੇ ਮਨਿਸਟਰਾਂ ਵੱਲੋਂ ਆਨਗੀਆਂ ਤਾਂ ਲਾਅ ਕਿਨੇ ਪਾਸ ਕਰਨਾ ਲਾਅ ਕਿਨੇ ਪਾਸ ਕਰਨਾ ਤੇ ਕਿਨਾਂ ਤੇ ਲਾਗੂ ਕਰਨਾ ਇਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ ਮੈਨੂੰ ਸਾਨੂੰ ਲੱਗਦਾ ਹੈ ਕਿ ਇੱਕ ਪੂਰਾ ਸੁਸਾਇਟੀ ਦੇ ਵਿੱਚ ਜਦੋਂ ਇੱਕ ਵੱਡਾ ਚੇਂਜ ਆਊਗਾ ਜਦੋਂ ਕੁੜੀ ਨੂੰ ਇੱਕ ਔਰਤਾਂ ਨੂੰ ਇੱਕ ਬਰਾਬਰ ਦਾ ਇਨਸਾਨ ਸਮਝਿਆ ਜਾਊਗਾ ਤਾਂ ਏਦਾਂ ਦੀਆਂ ਘਟਨਾਵਾਂ ਕਿਵੇਂ ਸਵਾਲ ਇਹ ਹੈ ਕਿ ਆਏ ਦਿਨ ਹਰ ਚੀਜ਼ ਤੇ ਆਪਾਂ ਨੂੰ ਕੁਐਸਚਨ ਕਰਨਾ ਪਊਗਾ ਐ ਨਹੀਂ ਹੈਗਾ ਕਿ ਉਹ ਨਿਰਭਯ ਰੇਪ ਕੇਸ ਵੇਲੇ ਸ਼ਾਇਦ ਬਹੁਤ ਸਾਰੇ ਰੈਲੀਆਂ ਨਿਕਲੀਆਂ ਸੀ ਉਹਨਾਂ ਦੇ ਵਿਕਟਿਮਸ ਹਾਲੇ ਤੱਕ ਵੀ ਅੰਦਰ ਨਹੀਂ ਗਏ ਮਤਲਬ ਜਿਨ੍ਹਾਂ ਨੇ ਉਹ ਕੀਤਾ ਸੀਗਾ ਪਰ ਕੀ ਰੇਪ ਹੋਂਦੇ ਬੰਦ ਹੋ ਗਏ ਮਤਲਬ ਇੰਡੀਆ ਦੇ ਵਿੱਚ ਹਰ 22 ਮਿੰਟ ਦੇ ਵਿੱਚ ਇੱਕ ਰੇਪ ਹੋ ਰਿਹਾ ਤੇ ਉਹਦਾ ਕਾਰਨ ਇਹੀ ਕਿ ਘਟੀਆ ਮਾਨਸਿਕਤਾ ਜਿਹਨੂੰ ਆਪਾਂ ਨੂੰ ਸਵਾਲ ਕਰਨਾ ਪਊਗਾ ਭਾਵੇਂ ਉਹ ਗਾਣੇ ਹੋਣ ਭਾਵੇਂ ਕੋਈ ਏਦਾਂ ਦੇ ਸਟੇਟਮੈਂਟਸ ਹੋਣ ਭਾਵੇਂ ਯੂਨੀਵਰਸਟੀਆਂ ਤੋਂ ਲੈ ਕੇ ਆਪਾਂ ਨੂੰ ਜਿਵੇਂ ਇੱਥੇ 24 ਘੰਟੇ ਦਾ ਸਟਰਗਲ ਚੱਲਿਆ ਤੇ ਯੂਨੀਵਰਸਿਟੀ ਦੇ ਵਿੱਚ ਇਹ ਕੁੜੀਆਂ ਔਰਤਾਂ ਨੂੰ ਜਿਹੜੇ ਬਰਾਬਰੀ ਦੇ ਹੱਕ ਸਮਾਜ ਦੇ ਵਿੱਚ ਹੈਗੇ ਨੇ ਮਤਲਬ ਮੈਨੂੰ ਲੱਗਦਾ ਹਲੇ ਵੀ ਔਰਤ ਨੂੰ ਇੱਕ ਦੂਜੇ ਦਰਜੇ ਦਾ ਇਨਸਾਨ ਹੀ ਸਮਝਿਆ ਜਾਂਦਾ ਹਾਂ ਯੂਨੀਵਰਸਟੀਆਂ ਦੇ ਵਿੱਚ ਆਪਾਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਕਿ ਇਹ ਕੁਝ ਰੂਲ ਕੁਝ ਇਕੁਐਲਟੀ ਦੇ ਆਪਾਂ ਰੂਲਸ ਇੱਥੇ ਲਾਗੂ ਕਰਵਾ ਪਾਈਏ ਪਰ ਹਲੇ ਤੱਕ ਆਪਾਂ ਕਹੀਏ ਕਿ ਬਰਾਬਰ ਹੋ ਗਿਆਂ ਕੁੜੀਆਂ ਇਹ ਬਿਲਕੁਲ ਵੀ ਨਹੀਂ ਹੈ ਫਾਂਸੀ ਹੱਲ ਹੈਗਾ ਇਹਦਾ ਫਾਂਸੀ ਬਿਲਕੁਲ ਵੀ ਨਹੀਂ ਹੈਗਾ ਕੀ ਹੱਲ ਹੋ ਸਕਦਾ ਉਹੀ ਜੋ ਆਪਾਂ ਪਹਿਲਾਂ ਤੋਂ ਗੱਲ ਕਰ ਰਹੇ ਹਾਂ ਕਿ ਕਿ ਸਮਾਜ ਦੇ ਵਿੱਚ ਇੱਕ ਚੇਤਨਾ ਲੈ ਕੇ ਆਣੀ ਪਊਗੀ ਇੱਕ ਮਾਨਸਿਕਤਾ ਬਦਲਣੀ ਪਊਗੀ ਫਾਂਸੀ ਇਹਦਾ ਕਿਸੇ ਵੀ ਰੂਪ ਦੇ ਵਿੱਚ ਹੱਲ ਨਹੀਂ ਹੈਗਾ ਮਤਲਬ ਜੇ ਫਾਂਸੀ ਹੱਲ ਹੁੰਦਾ ਤਾਂ ਸ਼ਾਇਦ ਸਾਰੀ ਦੁਨੀਆ ਦੇ ਆਪਾਂ ਮੁੰਡਿਆਂ ਨੂੰ ਫਾਂਸੀ ਚੜਾ ਦਿੰਦੇ ਤਾਂ ਆਪਾਂ ਨੂੰ ਲੱਗਦਾ ਵੀ ਰੇਪ ਰੁਕ ਜਾਣਗੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਹਨਾਂ ਦਾ ਕਹਿਣਾ ਕਿ ਕਿਤਨਾ ਕਿਤੇ ਜਿਹੜੀ ਮਾਨਸਿਕਤਾ ਬਦਲਣ ਦੀ ਲੋੜ ਹੈਗੀ ਉਸ ਦੇ ਨਾਲ ਹੀ ਨਾ ਘਟਨਾਵਾਂ ਨੂੰ ਜਿਹੜਾ ਰੋਕਿਆ ਜਾ ਸਕਦਾ ਤੇ ਕੁਝ ਹੋਰ ਲੜਕੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਣਦੇ ਹਾਂ ਕਿ ਉਹ ਇਹ ਘਟਨਾਵਾਂ ਬਾਰੇ ਕੀ ਕੁਝ ਹੋਰ ਲੜਕੀਆਂ ਸਾਡੇ ਨਾਲ ਮੌਜੂਦ ਹੈਗੀਆਂ ਨੇ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹਾਲਾਂਕਿ ਸੋਚਣ ਸਮਝਣ ਦੇ ਲਈ ਮਜਬੂਰਤਾ ਕਰਦੀਆਂ ਨੇ ਪਰ ਇਹਨਾਂ ਦੇ ਹੱਲ ਕੀ ਹੋ ਸਕਦੇ ਨੇ ਰੋਜ਼ ਪ੍ਰਦਰਸ਼ਨ ਹੋ ਰਹੇ ਨੇ ਮੰਗ ਉੱਠ ਰਹੀ ਹੈ ਕਿ ਸਖਤ ਸਜ਼ਾਵਾਂ ਹੋਣ ਪਰ ਇਹ ਸੋਚਦੀਆਂ ਕਿ ਲੜਕੀਆਂ ਕੀ ਸੋਚਦੀਆਂ ਨੇ ਅਜਿਹੇ ਮਾਮਲਿਆਂ ਦੇ ਬਾਰੇ ਇਹਨਾਂ ਤੋਂ ਜਾਣਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਕੁੰਜਨ अच्छा कुंजन हैदराबाद ਦੇ ਵਿੱਚ ਇੱਕ ਘਟਨਾ ਵਾਪਰੀ ਹੈ ਵੈਟਰਨਰੀ ਡਾਕਟਰ ਦੇ ਨਾਲ ਜਿਹੜਾ ਹੈਗਾ ਹੈ ਉਹ ਗੈਂਗਰੇਪ ਹੋਇਆ ਉਸ ਤੋਂ ਬਾਅਦ ਉਸ ਦੀ ਹਤਿਆ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਨਿਰਪਰਿਆ ਕਾਂਡ ਹੁੰਦਾ ਹੈ ਕਟੂਆ ਕਾਂਡ ਹੁੰਦਾ ਹੈ ਜਾਂ ਫਿਰ ਹੋਰ ਵੀ ਬਹੁਤ ਸਾਰੇ ਕਾਂਡ ਹੁੰਦੇ ਨੇ ਕੁਝ ਦਾ ਪਤਾ ਲੱਗਦਾ ਕੁਝ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਕਾਰਨ ਕੀ ਮੰਦੇ ਹੋ ਕਿ ਜ਼ਬਰ ਜਨਾਹ ਦੀਆਂ ਘਟਨਾਵਾਂ ਹੋ ਕਿਉਂ ਰਹੀਆਂ ਨੇ ਕਾਰਨ ਕੀ ਹੈਗੇ ਨੇ ਇਹਦੇ ਪਿੱਛੇ ਅ ਪਹਿਲੀ ਬਾਤ ਤੋਂ ਮੈਂ ਸਮਝਦੀ ਹੂੰ ਇਹ ਕਾਂਡ ਨਹੀਂ ਹੈ ਇਹ ਰੂਟੀਨ ਹੈ ਇਹ ਐਸਾ ਨਹੀਂ ਹੈ ਕਿ ਇੱਕ ਵਨ ਆਫ ਇਨਸੀਡੈਂਟ ਹੈ ਜਾਂ ਅੱਜ ਹੋ ਗਿਆ ये रोज़ हो रहा है अलग अलग लेवल पे बहुत सारी लड़कियों के साथ हो रहा है क्या सिर्फ़ रेप एक ऐसा इंसिडेंट है जो कि हमें लगता है कि एक बड़ा इंसिडेंट है या एक बड़े लेवल पे हो गया क्या जब हम गलियों में चल रहे हैं और यहाँ पे मॉलिस्टेशन हो रही है ईव टीजिंग हो रही है नॉट ओनली वर्बल बट फिज़िकल आल्सो तो क्या वो एक बड़ा इंसिडेंट नहीं है तो मेरी समझ में रूटीन में ही ऐसी चीज़ें करने की ज़रूरत है जिससे कि हम ਛੋਟੇ ਛੋਟੇ ਚੇਂਜਸ ਸੇ ਬੜਾ ਚੇਂਜ ਲਾ ਸਕੇ ਬਿਕਾਜ਼ ਕਲੀਅਰਲੀ ਡੈਮੋਨਸਟ੍ਰੇਸ਼ਨ ਸੇ ਕੁਝ ਹੋ ਨਹੀਂ ਰਹਾ ਕੈਂਡਲ ਮਾਰਚ ਬਹੁਤ ਕਰ ਲੀਏ ਹਮ ਆਪਸ ਮੇਂ ਡਿਬੇਟਸ ਬਹੁਤ ਕਰ ਲੇਤੇ ਬਟ ਡਿਬੇਟਸ ਵੀ ਕੁਝ ਇੱਕ ਪਾਰਟਿਕੂਲਰ ਲੋਗ ਆਪਸ ਮੇਂ ਕਰ ਰਹੇ ਹੈ ਮਾਸਸੇਸ ਤੱਕ ਬਾਤ ਪਹੁੰਚ ਨਹੀਂ ਰਹੀ ਅੱਛਾ ਜਦੋਂ ਤੁਆਡੂ ਮੈਂ ਨਿੱਜੀ ਤੌਰ ਦੇ ਉਤੇ ਪੁੱਛਿਆ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਕਿਸੇ ਵੀ ਕਾਰਨ ਦੇ ਲਈ ਤੁਹਾਨੂੰ ਕਦੀ ਡਰ ਤਾਂ ਨਹੀਂ ਲੱਗਦਾ ਕਿ ਮੇਰੇ ਨਾਲ ਵੀ ਅਜਿਹਾ ਹੋ ਸਕਦਾ ਕਿਉਂਕਿ ਵਾਰ-ਵਾਰ ਅਜਿਹੇ ਘਟਨਾਵਾਂ ਹੋ ਰਹੀਆਂ ਨੇ ਮਨ ਦੇ ਵਿੱਚ ਕੋਈ ਡਰ ਹੋਵੇ ਅ ਨਹੀਂ ਡਰ ਨਹੀਂ ਲੱਗਦਾ बट एक बार जब आपके पास सात इंसिडेंट अगर ऐसा हो जाए तो फिर वो आपको सालों तक नहीं छोड़ता अगर मैं पर्सनल अपना इंसिडेंट रिलेट करूँ फिट्स ओके यही पीजी की बात है यहाँ से निकलते हुए सम गर्ल्स टोल्ड में कि उनके साथ ईव टीजिंग हुई है फिजिकल तो क्योंकि मेरे साथ नहीं हुआ था मैंने रियलाइज़ नहीं किया बट जब मेरे साथ हुआ तो मुझे रियलाइज़ हुआ और जब जब कभी वो एक पर्टिकुलर पॉइंट है ਔਰ ਮੈਨੂੰ ਆਲਮੋਸਟ 1.5 ਸਾਲ ਲੱਗਾ ਉਸ ਚੀਜ਼ 'ਤੇ ਉਬਰਣੇ ਮੈਂ ਕਿ ਬਾਈਕ ਅਗਰ ਬਗਲ ਸੇ ਜਾਂਦੀ ਹੈ ਤਾਂ ਇਟ ਮੇਕਸ ਮੀ ਥਿੰਕ ਸੋ ਇਟਸ ਨਾਟ ਫਿਅਰ ਬਟ ਯੂ ਬਿਕਮ ਓਵਰਟਲੀ ਕਾਸ਼ੀਅਸ ਸੋ ਥਿਸ ਇਜ਼ ਨਾਟ ਨਾਰਮਲ ਬਰਾਬਰੀ ਦੇ ਹੱਕ ਮੰਨਦੇ ਹੋ ਦੇਸ਼ ਦੇ ਵਿੱਚ ਔਰਤਾਂ ਨੂੰ ਲੜਕੀਆਂ ਨੂੰ ਚੀਜ਼ਾਂ ਬਦਲੀਆਂ ਹਨ ਪਰ ਬਰਾਬਰੀ ਤਾਂ ਨਹੀਂ ਆਈ ਅਜੇ ਵੀ ਬਰਾਬਰੀ ਨਹੀਂ 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 ਕਿਵੇਂ ਸਰਕਾਰ ਦਾਅਵੇ ਕਰਦੀ ਹੈ ਕਿ ਬਰਾਬਰੀ ਦੇ ਹੱਕ ਹੈਗੇ ਨੇ ਸਭ ਕੁਝ ਔਰਤਾਂ ਦੇ ਵਿੱਚ ਬਰਾਬਰੀ ਦੇ ਨਾਲ ਦਿੱਤਾ ਜਾ ਰਿਹਾ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਇਹਨਾਂ ਮਾਮਲਿਆਂ ਨੂੰ ਰੋਕਣ ਦੇ ਲਈ ਕਾਨੂੰਨ ਸਖਤ ਕਰ ਰਹੀ ਹੈ ਉਸ ਦੇ ਨਾਲ ਇਹ ਮਾਮਲੇ ਰੁਕਣਗੇ ਕਾਨੂੰਨ ਸਖਤ ਕਰਨ ਦੀ ਡੈਫੀਨੇਸ਼ਨ ਕੀ ਹੈ ਕਿ ਕੈਪੀਟਲ ਪਨਿਸ਼ਮੈਂਟ ਦੇ ਦੇਣਾ ਕੀ ਸੋਲੂਸ਼ਨ ਹੈ ਮੇਰੇ ਕੋ ਨਹੀਂ ਲੱਗਦਾ ਛੋਟੇ ਚੇਂਜਸ ਤੇ ਬੜੇ ਚੇਂਜਸ ਤੇ ਜਾਣਾ ਆਈ ਥਿੰਕ ਜ਼ਿਆਦਾ ਜ਼ਰੂਰੀ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਨਾਲ ਗੱਲਬਾਤ ਕਰਨ ਦੇ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੋਤੀ ਅੱਛਾ ਜੋਤੀ ਕੀ ਕਾਰਨ ਮੰਨਦੇ ਹੋ ਕਿ ਅਜਹੀਆਂ ਘਟਨਾਵਾਂ ਵਾਰ-ਵਾਰ ਵਾਪਰ ਕਿਉਂ ਰਹੀਆਂ ਨੇ ਸਮਾਜ ਸਾਡਾ ਸਭਿਅਕ ਕਹਾਉਂਦਾ ਹੈ ਕਹਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਉਸ ਤੋਂ ਬਾਅਦ ਵੀ ਜਦੋਂ ਅਜਹੀਆਂ ਘਟਨਾਵਾਂ ਆਉਂਦੀਆਂ ਨੇ ਤੋਂ ਲੱਗਦਾ ਹੈ ਕਿ ਕਿਤਨਾ ਕਿਤੇ ਮਾਨਸਿਕਤਾ ਲੋਕਾਂ ਦੀ ਜਿਹੜੀ ਹੈਗੀ ਹੈ ਉਹ ਠੀਕ ਹੋਣ ਦੀ ਲੋੜ ਹੈਗੀ ਹੈ ਮਾਨਸਿਕਤਾ ਦਰੁਸਤ ਕਰਨ ਦੀ ਲੋੜ ਹੈਗੀ ਐਕਚੁਅਲੀ ਹਾਂ ਕਿਉਂਕਿ ਮਾਨਸਿਕਤਾ ਪੇ ਹੀ ਸਭ ਡਿਪੈਂਡ ਕਰ ਰਹਾ ਹੈ ਹਾਂ ਪੇ ਉਹਨਕੋ ਇਹ ਲੱਗਦਾ ਹੈ ਕਿ ਹਮ ਲੋਗ ਮੇਲ ਡੋਮੀਨੈਂਸ ਹੈ ਤਾਂ ਹਮ ਫੀਮੇਲਸ ਕੋ ਡੋਮੀਨੇਟ ਕਰ ਸਕਤੇ ਹਨ ਉਹ ਇੱਕ ਫੈਕਟਰ ਹੈ ਵਹਾਂ ਪੇ ਐਜੂਕੇਸ਼ਨ ਦਾ ਬਹੁਤ ਇੰਪੋਰਟੈਂਟ ਰੋਲ ਹੈ ਇਸਮੇ ਸਪੋਜ਼ ਕਿ ਜੋ ਐਜੂਕੇਟਿਡ ਮੇਲ ਹੈ ਆਈ ਸਪੋਜ਼ ਕਿ ਉਹ ਐਸਾ ਨਹੀਂ ਕਰਤੇ ਹੋਣਗੇ ਮੈਂ जनरलाइज नहीं करना चाहती चीज़ों को बट स्टिल एजुकेशन इज़ इम्पॉर्टेंट के लिए और जो जैसे अभी आपने कानून की बात की है तो कानून तो बना दिया लेकिन एग्जीक्यूशन नहीं है उस चीज़ का अगर आप एक चीज़ को केस को सुनवाई करने में इतना टाइम लगा देते तो उसका इम्पैक्ट खत्म हो जाता है उस टाइम तक फास्ट ट्रैक होना चाहिए जितनी जल्दी हो सके उतना जल्दी डिसीजन आना चाहिए और एग्जीक्यूशन भी फास्ट होना चाहिए तो शायद लोगों में थोड़ा डर होगा कि अगर हम ऐसा कुछ करेंगे तो हम ये इसका इम्पैक्ट होने वाला है ਬਹੁਤ ਬਹੁਤ ਧੰਨਵਾਦ ਸਾਡਾ ਨਾਲ ਗੱਲਬਾਤ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਰਮਨ ਕੀ ਲੱਗ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਮਾਜ ਸੱਭਿਅਕ ਕਹਾਉਂਦਾ ਤੋ ਲੱਗਦਾ ਹੈ ਕਿ ਜਿਹੜੀ ਸਭਿਅਤਾ ਦੀ ਅਸੀਂ ਗੱਲ ਕਰਦੇ ਹਾਂ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਫਿਰ ਸਮਾਜ ਸੱਭਿਅਕ ਰਹਿੰਦਾ ਹੈਗਾ I don't think so ki ਪੁਰਾਣੇ ਜ਼ਮਾਨਿਆਂ ਤੋਂ ਹੀ ਇਹ ਸਭ ਕੁਝ ਹੁੰਦਾ ਆਇਆ ਬਟ ਅੱਜ ਕੱਲ੍ਹ ਸ਼ਾਇਦ ਮੀਡੀਆ ਕਰਕੇ ਯਾ ਆਪਾਂ ਕਹਿ ਸਕਦੇ ਹਾਂ ਕਿ ਅਵੇਅਰਨੈਸ ਜ਼ਿਆਦਾ ਹੋ ਗਈ ਹੈ ਤਾਂ ਇਹ ਚੀਜ਼ ਕਟਨਾਵਾ ਸਾਨੂੰ ਜ਼ਿਆਦਾ ਸੁਣਨ ਨੂੰ ਮਿਲ ਰਹੀਆਂ ਨੇ ਜ਼ਿਆਦਾ ਪਤਾ ਚੱਲ ਰਿਹਾ ਹੈ ਬਟ ਸਭਿਆਕ ਸਮਾਜ ਤਾਂ ਨਹੀਂ ਰਿਹਾ ਹੁਣ ਸਾਡਾ ਜੋ ਸਭਿਆਤਾ ਦੇ ਅਸੀਂ ਪ੍ਰਾਊਡ ਫੀਲ ਕਰਦੇ ਆਂ ਆਈ ਡੋਨਟ ਥਿੰਕ ਕਿ ਸਾਨੂੰ ਹੱਕ ਹੈ ਇਸ ਤਰ੍ਹਾਂ ਕਹਿਣ ਦਾ ਅੱਛਾ ਦੂਜੀ ਗੱਲ ਇਹ ਹੈਗੀ ਹੈ ਕਿ ਤੁਹਾਨੂੰ ਲੱਗਦਾ ਕਿ ਜਿਹੜੀਆਂ ਔਰਤਾਂ ਹੈਗੀਆਂ ਲੜਕੀਆਂ ਹੈਗੀਆਂ ਉਹਨਾਂ ਨੂੰ ਬਰਾਬਰੀਤਾ ਦੇ ਅਧਿਕਾਰ ਦਿੱਤਾ ਗਿਆ ਹੈ ਕਹਿਣ ਲਈ ਬਰਾਬਰਤਾ ਦਾ ਅਧਿਕਾਰ ਹੈ ਪਰ ਐਕਚੁਅਲਸ ਨਹੀਂ ਮੈਂ ਆਪਣੀ ਫੈਮਿਲੀ ਦੀ ਗੱਲ ਕਰਾਂ ਤਾਂ ਨਹੀਂ ਬਟ ਆਈ ਹੈਵ ਸੀਨ ਕਿ ਹੁੰਦਾ ਤਾਂ ਹੈ ਅੱਛਾ ਕੁੜੀਆਂ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਦੀਆਂ ਨੇ ਇੱਕ ਜੁੜਤਾ ਹੈਗੀ ਆ ਕੁੜੀਆਂ ਦੇ ਵਿੱਚ ਉਸ ਲੈਵਲ ਦੀ ਨਹੀਂ ਜਿੰਨੀ ਹੋਣੀ ਚਾਹੀਦੀ ਹੈ ਫਿਰ ਇਹ ਘਟਨਾਵਾਂ ਜਿਹੜੀਆਂ ਦੀ ਅਸੀਂ ਗੱਲ ਕਰਦੇ ਆ ਜਦੋਂ ਇਹ ਵਾਪਰ ਜਾਂਦੀਆਂ ਨੇ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਹੁੰਦੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਇਨ੍ਹਾਂ ਘਟਨਾਵਾਂ ਦੇ ਵਿਰੁੱਧ ਪਹਿਲਾਂ ਤੋਂ ਹੀ ਝੰਡਾ ਚੁੱਕਣਾ ਚਾਹੀਦਾ ਹਾਲਾਂਕਿ ਇਕਟਨਾਵਾਂ ਬਰਦਾਸ਼ਤ ਕਰਨ ਯੋਗ ਨਹੀਂ ਹੈਗੀਆਂ ਇਸ ਦੇ ਵਿੱਚ ਕਾਨੂੰਨ ਸਖਤ ਹੋਣੇ ਚਾਹੀਦੇ ਨੇ ਡੈਫੀਨੇਟਲੀ ਪਰ ਕਾਨੂੰਨ ਪ੍ਰਕਿਰਿਆ ਜੋ ਅਸੀਂ ਆਪਣੇ ਦੇਸ਼ ਦੀ ਦੇਖ ਰਹੇ ਹਾਂ ਉਹ ਬਹੁਤ ਹੀ ਢਿੱਲੀ ਐ ਅਸੀਂ ਕਹਿ ਸਕਦੇ ਹਾਂ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਅਸੀਂ ਚੰਡੇ ਚੁੱਕ ਕੇ ਚੱਲ ਪੈਂਦੇ ਹਾਂ ਪਰ ਉਹ ਕੁਝ ਸਮੇਂ ਦੀ ਇੱਕ ਲਹਿਰ ਹੁੰਦੀ ਐ ਉਸ ਤੋਂ ਬਾਅਦ ਫਿਰ ਅਸੀਂ ਕੁਝ ਨਵਾਂ ਕੁਝ ਨਿਊਜ਼ ਚ ਆਂਦਾ ਤਾਂ ਅਸੀਂ ਉਸ ਚੀਜ਼ ਨੂੰ ਭੁੱਲ ਜਾਂਦੇ ਹਾਂ ਬਟ ਜ਼ਰੂਰਤ ਸਮੇਂ-ਸਮੇਂ ਤੇ ਜਾਗਦੇ ਆਂ ਬਟ ਸਾਡਾ ਜ਼ਮੀਰ ਇੱਕ ਤਰ੍ਹਾਂ ਸੀ ਕਹਿ ਸਕਦੇ ਆ ਕਿ ਬਸ ਜਦੋਂ ਟੀਵੀ ਤੇ ਆਂਦਾ ਉਦੋਂ ਸਾਨੂੰ ਲੱਗਦਾ ਬਟ ਅਦਰਵਾਈਜ਼ ਅਸੀਂ ਠੰਡੇ ਪੈ ਜਾਂਦੇ ਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਲਗਾਤਾਰ ਗੱਲਬਾਤ ਕੀਤੀ ਹੈ ਕਿਤਨਾ ਕਿਤੇ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਅਜਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਸ ਦੇ ਨਾਲ ਕਿਤਨਾ ਕਿਤੇ ਲੋਕਾਂ ਦੀ ਮਾਨਸਿਕਤਾ ਉਹਦੇ ਉੱਤੇ ਵੀ ਜਿਹੜੇ ਹੈਗੇ ਨੇ ਸਵਾਲ ਖੜੇ ਕਰ ਦਿੰਦੇ ਨੇ ਇੱਕ ਵਾਰ ਫੇਰ ਸਾਨੂੰ ਸੋਚਣ ਸਮਝਣ ਦੇ ਲਈ ਮਜਬੂਰ ਕਰ ਦਿੰਦਾ ਹੈ ਕਿ ਆਖਿਰਕਾਰ ਇਸ ਸભ્યਕ ਸਮਾਜ ਦੇ ਵਿੱਚ ਹੋ ਕੀ ਰਿਹਾ ਹੈ ਅਸੀਂ ਬਰਾਬਰੀ ਦਾ ਅਧਿਕਾਰ ਦੀ ਗੱਲ ਕਰਦੇ ਹਾਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹਾਂ ਪਰ ਜਦੋਂ ਅਜਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਉਸ ਤੋਂ ਬਾਅਦ ਲਗਾਤਾਰ ਸਵਾਲ ਜਿਹੜੇ ਹੈਗੇ ਨੇ ਉਹ ਸਾਡੇ ਉੱਤੇ ਉੱਠਦੇ ਨੇ ਦੇਸ਼ ਦੇ ਉਹਨਾਂ ਲੋਕਾਂ ਉੱਤੇ ਉੱਟਦੇ ਨੇ ਜਿਹੜੇ ਅਜਹੀਆਂ ਘਟਨਾਵਾਂ ਕਰਨ ਤੋਂ ਬਾਅਦ ਵੀ ਖੁੱਲੇ ਆਮ ਫਿਰਦੇ ਨੇ ਤੇ ਮੰਗ ਉੱਠਦੀ ਹੈ ਇੱਕ ਸੁਰ ਹੋ ਕੇ ਕਿ ਆਖਿਰਕਾਰ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਫਾਸਟ ਟਰੈਕ ਕੋਰਟ ਲਗਾਏ ਜਾਣ ਜਿਹੜੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਅਜਹੀਆਂ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ ਸੋ ਅੱਜ ਦੇ ਪੰਜਾਬ ਬੋਲ ਦਾ ਦੇ ਵਿੱਚ ਬਸ ਇਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ ਧੰਨਵਾਦ